ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ ਪੱਕ ਚੁੱਕਾ ਹੈ। ਇਸ ਵਾਰ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਨਾਲ ਪੰਜਾਬ ਤੀਸਰੀ ਧਿਰ ਵਜੋਂ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ 'ਚ ਹੈ। ਜਗਰਾਓਂ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਉਮੀਦਵਾਰ ਐਲਾਨਿਆ ਗਿਆ। ਅੱਜ ਅਸੀਂ ਅਜੀਤ ਵੈਬ ਟੀਵੀ ਦੇ ਉਹਨਾਂ ਨੂੰ ਰੂਬਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਅਜੀਤ ਵੈਬ ਟੀਵੀ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ। ਅਤੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈ ਉਹ ਬੀਬੀ ਜੀ ਆਪਣੇ ਰਾਜਨੀਤਿਕ ਆਪਣੇ ਪਿਛੋਕੜ ਅਤੇ ਰਾਜਨੀਤਿਕ ਖੇਤਰ 'ਚ ਉਹਨਾਂ ਦੀ ਦੇਣ ਬਾਰੇ ਦੱਸਣਗੇ। ਮੇਰੇ ਵੱਲੋਂ ਅਜੀਤ ਵੈਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਗੱਜ ਕੇ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2014 ਤੋਂ ਪਹਿਲਾਂ ਜਦੋਂ ਅੰਨਾ ਹਜ਼ਾਰੇ ਅੰਦੋਲਨ ਚੱਲਿਆ, ਉਸ ਟਾਈਮ ਮੈਂ ਰਾਜ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਮੈਂ ਖੁਦ ਇੱਕ ਟੀਚਰ ਸੀ, ਮੇਰੀ ਕੁਆਲੀਫਿਕੇਸ਼ਨ ਐਮ ਕੌਮ ਐਮ ਏ ਇਕਨੋਮਿਕਸ। ਮੇਰੇ ਫਾਦਰ ਵੀ ਟੀਚਰ ਹੈ, ਗੌਰਮੈਂਟ ਟੀਚਰ ਟਾਇਰ ਹੋਏ ਆ, ਅਤੇ ਮੇਰੇ ਹਸਬੈਂਡ ਵੀ ਗੌਰਮੈਂਟ ਜੋਬ 'ਤੇ, ਅਤੇ ਫਾਦਰ ਇੰਨਾ ਵੀ ਟੀਚਰ। ਟੀਚਿੰਗ ਪ੍ਰੋਫੈਸ਼ਨ ਹੋਣ ਦੇ ਨਾਤੇ ਮੈਂ ਖੁਦ ਟੀਚਰ ਤਾਂ ਇੱਕ ਨੇਸ਼ਨ ਬਿਲਡਰ ਹੀ ਹੁੰਦਾ, ਜਿਹਨੇ ਨੇਸ਼ਨ ਹੀ ਬਿਲਡ ਕਰਨਾ ਉਸੇ ਆਧਾਰ 'ਤੇ ਮੈਂ ਰਾਜਨੀਤਿਕ ਆਮ ਆਦਮੀ ਪਾਰਟੀ ਦੀ ਸੋਚਦੀ ਹਾਂ। ਬੀਬੀ ਜੀ, ਤੁਹਾਡਾ ਸਮਾਜਿਕ ਖੇਤਰ 'ਚ ਕੀ ਯੋਗਦਾਨ ਹੈ ਉਹਦੇ ਬਾਰੇ ਦੱਸੋ। ਟੀਚਰ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ, ਇੱਕ ਨੇਸ਼ਨ ਬਿਲਡਰ, ਨਵਾਂ ਸਮਾਜ ਸਿਰਜਣਾ, ਬੱਚਿਆਂ ਨੂੰ ਸਹੀ ਸੇਧ ਦੇਣਾ ਤਾਂ ਕਿ ਬੱਚੇ ਸਮਾਜ ਦੇ ਨਿਓ ਨਹੀਂ ਬਣ ਕੇ ਅੱਗੇ ਵਧਣ। ਸਮਾਜਿਕ ਖੇਤਰ ਦੇ ਵਿੱਚ ਇਹੀ ਯੋਗਦਾਨ ਹੈ, ਸ਼ੁਰੂ ਤੋਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਰਹੇ ਹਾਂ ਵੀ ਆਪਣੇ ਹੱਕਾਂ ਲਈ ਉੱਠੋ, ਆਪਣੇ ਹੱਕਾਂ ਲਈ ਲੜੋ। ਰਾਜਨੀਤਿਕ ਖੇਤਰ ਤੁਸੀਂ ਕਿਸ ਭਾਵਨਾ ਨਾਲ ਆਏ ਹੋ, ਕੀ ਤੁਹਾਡਾ ਮਕਸਦ ਹੈ ਜੀ? ਆਮ ਆਦਮੀ ਪਾਰਟੀ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ, ਇਹ ਤਾਂ ਇੱਕ ਸੋਚ ਹੈ ਜਿਹੜੀ ਨਵਾਂ ਸਮਾਜ ਸਿਰਜਣ ਜਾ ਰਹੀ ਹੈ। ਕੋਈ ਭਾਵਨਾ ਨਹੀਂ, ਕੋਈ ਮਕਸਦ ਨਹੀਂ, ਬਸ ਇੱਕੋ ਹੀ ਸੋਚ ਆ, ਨਵਾਂ ਪੰਜਾਬ ਸਿਰਜਣਾ, ਭ੍ਰਿਸ਼ਟਾਚਾਰ ਮੁਕਤ ਪੰਜਾਬ। ਜੇਕਰ ਤੁਸੀਂ ਜਗਰਾਓਂ ਹਲਕੇ ਤੋਂ ਚੋਣ ਜਿੱਤੇ ਹੋ ਤਾਂ ਤੁਹਾਡਾ ਜਗਰਾਓਂ ਹਲਕੇ ਦੀ ਭਲਾਈ ਲਈ ਅਤੇ ਵਿਧਾਨ ਸਭਾ 'ਚ ਕੀ ਤੁਹਾਡੀ ਭੂਮਿਕਾ ਹੋਊਗੀ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਦੱਸੋ। ਜਗਰਾਓਂ ਹਲਕੇ ਦੇ ਵਿੱਚ ਕੰਮ ਇਨਫਰਾਸਟ੍ਰਕਚਰ ਦੀ ਘਾਟ ਹੈ, ਐਜੂਕੇਸ਼ਨ, ਮੈਡੀਕਲ ਫੈਸਿਲਿਟੀ ਹਰ ਜਗ੍ਹਾ ਤੋਂ 70 ਸਾਲਾਂ ਤੋਂ ਨਿਗਲੈਕਟਡ ਸਿਟੀ ਕਿਹਾ ਜਾ ਸਕਦਾ। ਰੋਸ਼ਨੀਆਂ ਦੇ ਸ਼ਹਿਰ ਵਿੱਚੋਂ ਰੋਸ਼ਨੀ ਗਾਇਬ ਹੈ। ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੇ ਹੱਕਾਂ ਦੇ ਲਈ ਲੜਨਾ ਮੇਰੀ ਪਹਿਲ ਦੇ ਆਧਾਰ 'ਤੇ ਕੰਮ ਕੀਤਾ ਜਾਏ। ਪੰਜਾਬ 'ਚ ਇਸ ਸਮੇਂ ਰਾਜ ਦੀ ਕਿਸਾਨੀ ਦਾ ਮੁੱਦਾ ਹੈ, ਡਰੱਗ ਦਾ ਮੁੱਦਾ ਹੈ, ਪੰਜਾਬ ਦੀ ਆਰਥਿਕਤਾ ਦਾ ਮੁੱਦਾ ਹੈ, ਜਵਾਨੀ ਦਾ ਮੁੱਦਾ ਹੈ, ਹੋਰ ਅਹਿਮ ਮੁੱਦੇ ਨੇ, ਉਹਨਾਂ ਦੇ ਬਾਰੇ ਤੁਸੀਂ ਕੀ ਭੂਮਿਕਾ ਨਿਭਾਓਗੇ ਉਹਦੇ ਬਾਰੇ ਵੀ ਦੱਸੋ, ਉਹਨਾਂ ਮੁੱਦਿਆਂ ਦੇ ਹੱਲ ਲਈ। ਸਾਡੀ ਪਾਰਟੀ ਪਹਿਲਾਂ ਤੋਂ ਹੀ ਹਰ ਇੱਕ ਵਰਗ ਦੇ ਲਈ ਅਲੱਗ ਅਲੱਗ ਮੈਨੀਫੈਸਟੋ ਤਿਆਰ ਕਰ ਚੁੱਕੀ ਹੈ, ਜਿਹਦੇ ਵਿੱਚ ਬਹੁਤ ਹੀ ਸੂਝਵਾਨ ਅਤੇ ਸੁਲਝੇ ਹੋਏ ਲੋਕਾਂ ਨੇ ਘਰ ਘਰ ਜਾ ਕੇ ਉਹਨਾਂ ਦੇ ਮੁੱਦਿਆਂ ਨੂੰ ਉਠਾ ਕੇ ਅਤੇ ਉਹਨਾਂ ਦੇ ਮੁੱਦਿਆਂ ਦਾ ਹੱਲ ਲੱਭਿਆ। ਇਸ ਕਰਕੇ ਇਸ ਆਧਾਰ 'ਤੇ ਤਾਂ ਜਿਵੇਂ ਪਾਰਟੀ ਨੇ ਪਹਿਲਾਂ ਹੀ ਮੈਨੀਫੈਸਟੋ 'ਚ ਲਿਖਤਾ ਸੀ, ਮੈਨੀਫੈਸਟੋ ਲਾਗੂ ਕਰਾਂਗੇ ਸਰ। ਤੁਸੀਂ ਕੀ ਸਮਝਦੇ ਹੋ ਵੀ ਇਸ ਸਮੇਂ ਪੰਜਾਬ ਕਿਸ ਤਰ੍ਹਾਂ ਦੀ ਸਰਕਾਰ ਦੀ ਲੋੜ ਹੈ ਜੀ? ਪੰਜਾਬ ਦੇ ਵਿੱਚ ਦਿੱਲੀ ਦੇ ਵਾਂਗ ਆਮ ਆਦਮੀ ਪਾਰਟੀ ਦੀ ਲੋੜ ਹੈ, ਕਿਉਂਕਿ ਸਾਡੇ ਕੋਲ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਤਾਂ ਹੈ ਪਰ ਡਿੱਗਣ ਵਾਲੀਆਂ, ਮੈਡੀਕਲ ਦੇ ਲਈ ਕਿਤੇ ਕਿਤੇ ਕੋਈ ਡਿਸਪੈਂਸਰੀਆਂ ਤਾਂ ਹੈ ਪਰ ਵਿੱਚ ਕੁਛ ਨਹੀਂ ਉਹਨਾਂ ਦੇ। ਜਿਵੇਂ ਦਿੱਲੀ ਦੇ ਵਿੱਚ ਪੜ੍ਹਾਈ 'ਤੇ, ਸਿੱਖਿਆ 'ਤੇ, ਦਵਾਈ 'ਤੇ, ਟਰਾਂਸਪੋਰਟ 'ਤੇ ਵੱਧ ਤੋਂ ਵੱਧ ਕੰਮ ਹੋਏ। ਮੈਂ ਚਾਹੁੰਦੀ ਹਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਬਣੇ ਅਤੇ ਇਹਨਾਂ ਮੁੱਦਿਆਂ 'ਤੇ ਕੰਮ ਕਰੇ ਤਾਂ ਕਿ ਸਾਡੇ ਲੋਕਾਂ ਨੂੰ ਚੈਨ ਦੀ ਸਾਹ। ਅਖੀਰਲਾ ਸਵਾਲ ਹੈ ਜੀ ਤੁਹਾਡਾ, ਤੁਸੀਂ ਜਗਰਾਓਂ ਇਲਾਕੇ ਦੇ ਲੋਕਾਂ ਨੂੰ, ਜਗਰਾਓਂ ਹਲਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਚੋਣਾਂ ਦਾ ਵਿਗਤ ਤਾਂ ਬਚ ਚੁੱਕਿਆ ਵੀਰੋ, ਹੁਣ ਅੱਗੇ ਵਧਣ ਦਾ ਟਾਈਮ ਹੈ। ਇਹ ਆਜ਼ਾਦੀ ਦੀ ਦੂਜੀ ਜੰਗ ਹੈ, ਜਿਹੜੇ ਸਾਡੇ ਵਿਚਾਰਾਂ ਦੀ ਜੰਗ ਹੈ, ਜਿਹੜੇ ਸਾਡੇ ਹੱਥੋਂ ਸਾਡੇ ਹੱਕਾਂ ਦੀ ਜੰਗ ਹੈ। ਆਪਣੀ ਵੋਟ ਦਾ ਬਿਲਕੁਲ ਸੋਚ ਸਮਝ ਕੇ ਇਸਤੇਮਾਲ ਕਰਿਓ, ਕਿਉਂਕਿ ਇਹਨਾਂ ਚੋਣਾਂ ਨੂੰ ਜਿੱਤਣ ਤੋਂ ਬਾਅਦ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਵੀ ਸੰਵਾਰਨਾ, ਆਪਾਂ ਆਪਣੇ ਬੱਚਿਆਂ ਦੇ ਲੈ ਰਹਿਣ ਲਾਇਕ ਪੰਜਾਬ ਬਣਾਉਣਾ, ਜਗਰਾਓਂ ਹਲਕਾ ਬਣਾਉਣਾ। ਮੇਰੀ ਇੱਕੋ ਹੀ ਗੱਲ ਹੈ, ਇੱਕੋ ਹੀ ਬੇਨਤੀ ਹੈ, ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ। ਥੈਂਕ ਯੂ।